ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਸੋ ਆਸਟ੍ਰੇਲੀਆ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਨੇ ਸਟੱਡੀ ਵੀਜ਼ਾ ਵਾਸਤੇ ਲੇਟੈਸਟ ਅਪਡੇਟਸ ਅੱਜ ਆਸਟ੍ਰੇਲੀਆ ਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਟ੍ਰੈਂਡ ਕਿਸ ਤਰੀਕੇ ਦਾ ਚੱਲ ਰਿਹਾ ਆਸਟ੍ਰੇਲੀਆ ਦਾ ਸਕਸੈਸ ਰੇਟ ਕਿੰਨਾ ਕਹੇ ਕਿੰਨੇ ਕ ਪਰਸੈਂਟ ਸਟੂਡੈਂਟਸ ਨੂੰ ਵੀਜ਼ੇ ਮਿਲ ਰਹੇ ਨੇ ਆਸਟ੍ਰੇਲੀਆ ਨੇ ਬੈਨਡ ਕੀਤੇ ਹੋਏ ਸੀਗੇ ਪੰਜਾਬ ਹਰਿਆਣਾ ਦੇ ਸਟੂਡੈਂਟਸ ਉਹਦਾ ਕੀ ਸਟੇਟਸ ਹੈ ਨੈਕਸਟ ਇਨਟੇਕਸ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਕਿਸ ਤਰੀਕੇ ਨਾਲ ਤੁਸੀਂ ਆਪਣੀ ਫਾਈਲ ਤਿਆਰ ਕਰ ਸਕਦੇ ਹੋ ਜੀਟੀ ਨੂੰ ਕਿੰਨਾ ਟਾਈਮ ਲੱਗ ਰਿਹਾ ਸਾਰੇ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਹੈਲਪ ਤੋਂ ਸੀਨੀਅਰ ਕੰਸਲਟੈਂਟ ਕਰਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਦੇ ਸਾਰੇ ਦਰਸ਼ਕਾਂ ਦਾ ਤੇ ਮੇਰੀ ਸਾਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸਕਸੈਸ ਰੇਟ ਦੀ ਆਸਟ੍ਰੇਲੀਆ ਦਾ ਪ੍ਰੈਜ਼ੈਂਟਲੀ ਸਕਸੈਸ ਰੇਟ ਕਿੱਦਾਂ ਦਾ ਚੱਲ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਆਸਟ੍ਰੇਲੀਆ ਨੇ ਪੰਜਾਬ ਤੇ ਹਰਿਆਣਾ ਦੇ ਆਸਟ੍ਰੇਲੀਆ ਦੇ ਕੁਝ ਯੂਨੀਵਰਸਿਟੀਆਂ ਨੇ ਪੰਜਾਬ ਤੇ ਹਰਿਆਣਾ ਦੇ ਸਟੂਡੈਂਟਸ ਨੂੰ ਬੈਨ ਲਾਇਆ ਸੀ ਕਿਤੇ ਨਾ ਕਿਤੇ ਮਨ ਦੇ ਵਿੱਚ ਡਾਊਟ ਸੀ ਆਸਟ੍ਰੇਲੀਆ ਕਿਸ ਤਰੀਕੇ ਨਾਲ ਓਪਨ ਹੋਏਗਾ ਨਹੀਂ ਹੋਏਗਾ ਦੀਪਕ ਜੀ ਸਟੱਡੀ ਵੀਜ਼ਾ ਨੂੰ ਲੈ ਕੇ ਆਸਟ੍ਰੇਲੀਆ ਕਾਫੀ ਸਟ੍ਰਿਕਟ ਹੈ ਪਿਛਲੇ ਤੁਸੀਂ ਲਾ ਲਓ 6-7 ਮਹੀਨਿਆਂ ਤੋਂ ਜਦ ਦੀ ਇਹ ਵਾਰਦਾਤ ਹੋਈ ਹੈ ਜਦ ਦੀ ਏਜੰਟਸ ਨੇ ਪੈਕੇਜ ਦੇ ਚੱਕਰ ਦੇ ਵਿੱਚ ਪੰਜਾਬ ਤੇ ਹਰਿਆਣਾ ਵਾਲੇ ਸਟੂਡੈਂਟਸ ਦੇ ਜਾਲੀ ਡਾਕੂਮੈਂਟ ਲਾ ਕੇ ਐਮਬੈਸੀ ਨੂੰ ਦਿੱਤੇ ਤੇ ਐਮਬੈਸੀ ਨੂੰ ਇਸ ਚੀਜ਼ ਦਾ ਪਤਾ ਲੱਗਿਆ ਹੈ ਪਲੱਸ ਹੁਣ ਕਾਲਜਿਸ ਵੀ ਕਤਰਾਉਂਦੇ ਨੇ ਕਿ ਹਾਂ ਵੀ ਅਸੀਂ ਪੰਜਾਬ ਤੇ ਹਰਿਆਣਾ ਵਾਲੇ ਸਟੂਡੈਂਟ ਨੂੰ ਐਡਮਿਸ਼ਨ ਦਈਏ ਜਾਂ ਨਾ ਦਈਏ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਤਾਉ ਬੱਚੇ ਦੀ ਐਡਮਿਸ਼ਨ ਨੂੰ ਯੈਸ ਕਰਦੇ ਆ ਪਲੱਸ ਕੁਝ ਤਾਂ ਯੂਨੀਵਰਸਿਟੀਆਂ ਇਦਾਂ ਦੀਆਂ ਨੇ ਜਿਨ੍ਹਾਂ ਨੇ ਹਲੇ ਤੱਕ ਅਕਸੈਪਟ ਕਰਨੇ ਨਹੀਂ ਸ਼ੁਰੂ ਕੀਤੇ ਬਟ ਹਾਂ ਕੁਝ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਹਲੇ ਵੀ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਵੈਲਕਮ ਕਰ ਰਹੀਆਂ ਨੇ ਤੇ ਉਹਨਾਂ ਨੇ ਚੰਗੇ ਤਰੀਕੇ ਨਾਲ ਵੈਲਕਮ ਕਰਨਾ ਸਟਾਰਟ ਕਰਤਾ ਹੈ ਜੀਟੀ ਦੇ ਵਿੱਚ ਵੀ ਰਿਆਤ ਦਿੱਤੀ ਹੈ ਕਿ ਹਾਂ ਵੀ ਜੀਟੀ ਅਪਰੂਵਲ ਦੇ ਵਿੱਚ ਵੀ ਉਹ ਜ਼ਿਆਦਾ ਕੋਈ ਟਾਈਮ ਨਹੀਂ ਲਾ ਰਹੀਆਂ ਤਾਂ ਸਾਨੂੰ ਜਿਹੜਾ ਆਨ ਵਾਲਾ ਸਿਨੈਰੀਓ ਦਿਖ ਰਿਹਾ ਕਿਉਂਕਿ ਦੇਖੋ ਦੀਪਕ ਜੀ ਪਿੱਛੇ ਜੇ ਨਾ ਕਾਫੀ ਕੁਛ ਮਿਸਮੈਚ ਹੋਇਆ ਹੈ ਹਨਾ ਤੇ ਐਮਬੈਸੀ ਨੂੰ ਵੀ ਹੁਣ ਨਾ ਥੋੜਾ ਕਾਫੀ ਡਾਊਟਫੁਲੀ ਚੱਲਦੀ ਐ ਐਮਬੈਸੀ ਖਾਸ ਕਰ ਇੰਡੀਅਨ ਬੱਚਿਆਂ ਲਈ ਕਿਉਂਕਿ ਬੱਚੇ ਕੀ ਕਰਦੇ ਐ ਇਥੋਂ ਦੀ ਯੂਨੀਵਰਸਿਟੀ ਲਈ ਜਾਂਦੇ ਨੇ ਯੂਨੀਵਰਸਿਟੀ ਐਡਮਿਸ਼ਨ ਕਰਾ ਕੇ ਜਾਂਦੇ ਨੇ ਪਤਾ ਬੱਚੇ ਨੂੰ ਕਿ ਹਾਂ ਵੀ ਯੂਨੀਵਰਸਿਟੀ ਲਈ ਵੀਜ਼ਾ ਸਕਸੈਸਫੁਲ ਜਿਹੜਾ ਉਹ ਕਾਲਜ ਤੋਂ ਕਈ ਗੁਣਾ ਵੱਧ ਕੇ ਹੈ ਸਾਲ ਇਹ 6 ਮਹੀਨਾ ਬੱਚਾ ਸਿਰਫ ਯੂਨੀਵਰਸਿਟੀ ਦੇ ਵਿੱਚ ਲਾਂਦਾ ਹੈ ਉਸ ਤੋਂ ਬਾਅਦ ਬੱਚਾ ਕੀ ਕਰਦਾ ਆਪਣੀ ਮਾਈਗ੍ਰੇਸ਼ਨ ਲੈ ਲੈਂਦਾ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਲੈਂਦਾ ਕਿ ਬੱਚਾ ਉੱਥੇ ਦਿਖਾ ਰਿਹਾ ਮਤਲਬ ਕਿ ਉੱਥੇ ਜਾ ਕੇ ਯੂਨੀਵਰਸਿਟੀਆਂ ਨੂੰ ਵੀ ਪਤਾ ਲੱਗ ਰਿਹਾ ਕਿ ਯਾਰ ਬੱਚਾ ਇੱਥੇ ਪੜਨ ਨਹੀਂ ਆ ਰਿਹਾ ਬੱਚਾ ਇੱਥੇ ਕੰਮ ਕਰਨ ਲਈ ਆ ਰਿਹਾ ਕਿਉਂਕਿ ਦੇਖੋ ਆਸਟ੍ਰੇਲੀਆ ਦੀ ਗਵਰਨਮੈਂਟ ਕੀ ਕਹਿੰਦੀ ਹੈ ਬੜੀ ਕਲੀਨ ਚਿੱਟ ਗਵਰਨਮ ਕਿ ਤੁਸੀਂ ਆਓ ਇੱਥੇ ਆ ਕੇ ਸਟੱਡੀ ਕਰੋ ਪਰ ਸਟੱਡੀ ਪ੍ਰੋਪਰ ਕਰੋ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਕੋਈ ਡਿਗਰੀ ਪ੍ਰੋਗਰਾਮ ਲਿੱਤਾ ਤਾਂ ਉਸ ਡਿਗਰੀ ਪ੍ਰੋਗਰਾਮ ਨੂੰ ਪ੍ਰੋਪਰ ਤੁਸੀਂ ਐਂਡ ਤੱਕ ਆਪਣਾ ਪ੍ਰੋਗਰਾਮ ਨੂੰ ਕੰਪਲੀਟ ਕਰਕੇ ਸਾਡੇ ਤੋਂ ਚਾਹੇ ਤੁਸੀਂ 4 3 ਦੀ ਜਗ੍ਹਾ 4 ਸਾਲ ਦਾ ਵਰਕ ਪਰਮਿਟ ਲੈ ਲਓ ਕੌਰ ਮਾਸਟਰਸ ਵਾਲਿਆਂ ਨੂੰ ਤਾਂ 7 ਸਾਲ ਤੱਕ ਦਾ ਵੀ ਵਰਕ ਪਰਮਿਟ ਇਸ਼ੂ ਕਰ ਰਹੀ ਹੈ ਤਾਂ ਗਵਰਨਮੈਂਟ ਲੀਨੀਅਰ ਟੈਬਰ ਲੀਨੀਅਰ ਉਹਨਾਂ ਲਈ ਹੈ ਜਿਹੜਾ ਜੈਨੂਇਨ ਬੱਚਾ ਹੈ ਜਿਹੜਾ ਬੱਚਾ ਅਨ ਜੈਨੂਇਨ ਹੈ ਉਹ ਯੂਨੀਵਰਸਿਟੀਆਂ ਪਲੱਸ ਐਮਬੈਸੀਜ਼ ਨੇ ਐਮਬੈਸੀਜ਼ ਨੇ ਯੂਨੀਵਰਸਿਟੀ ਨੂੰ ਰਿਸਪੋਨਸੀਬਿਲਟੀ ਦੇ ਦਿੱਤੀ ਇਹ ਹੀ ਚੈੱਕ ਕਰ ਲੈਣੀ ਹੈ ਜੇਕਰ ਉਹ ਡਾਕੂਮੈਂਟੇਸ਼ਨ ਨੂੰ ਲੈ ਕੇ ਜੈਨੂਨ ਹੈ ਜਾਂ ਉਹ ਆਪਣੇ ਸਟੱਡੀ ਔਰ ਕੈਰੀਅਰ ਨੂੰ ਲੈ ਕੇ ਜੈਨੂਨ ਹੈ ਕਰਨ ਜੀ ਕਿਵੇਂ ਅਪਰੂਵ ਕਰਨ ਬੱਚੇ ਵੀ ਉਹ ਜੈਨੂਨ ਨੇ ਜਿਹੜੀਆਂ ਨਵੀਆਂ ਫਾਈਲਾਂ ਲੱਗਣੀਆਂ ਦੇਖੋ ਦੀਪਕ ਜੀ ਅਕਲ ਮੈਂ ਤੁਹਾਨੂੰ ਅੱਜ ਦੀ ਨਵੀਂ ਇੱਕ ਅਪਡੇਟ ਦੱਸਦਾ ਯੂਨੀਵਰਸਿਟੀਆਂ ਨਾਲ ਸਾਡੀ ਜਿਹੜੇ ਟਾਈਅਪਸ ਨੇ ਜਿਨ੍ਹਾਂ ਦੀ ਸਾਡੇ ਕੋਲ ਅਪਡੇਟ ਆਂਦੀ ਹੈ ਜਿਨ੍ਹਾਂ ਦੇ ਰਿਪਰੈਜ਼ੈਂਟੇਟਿਵ ਦੇ ਨਾਲ ਅਸੀਂ ਗੱਲ ਕਰਦੇ ਆਂ ਪ੍ਰੋਪਰ ਉਹਨਾਂ ਨੇ ਸਾਨੂੰ ਕਲੀਅਰ ਕਲੀਅਰ ਗੱਲ ਦੱਸੀ ਹੈ ਕਿ ਅਸੀਂ ਇਸ ਏਰੀਏ ਦੇ ਮੰਨ ਲਓ ਜੇ ਬੱਚੇ ਨੇ CBSE ਪੰਜਾਬ ਸਾਈਡ ਦੇ ਇਸ ਏਰੀਏ ਦੀ ਯੂਨੀਵਰਸਿਟੀਆਂ ਨੂੰ ਅਸੈਪਟ ਕਰਾਂਗੇ ਇਹ ਯੂਨੀਵਰਸਿਟੀ ਨੂੰ ਅਸੈਪਟ ਕਰਾਂਗੇ ਅਸੀਂ ਗੁਜਰਾਤ ਸਾਈਡ ਦੀ ਯੂਨੀਵਰਸਿਟੀ ਨਹੀਂ ਲਵਾਂਗੇ ਕਿਉਂਕਿ ਗੁਜਰਾਤ ਦੇ ਵਿੱਚ ਯੂਨੀਵਰਸਿਟੀਆਂ ਦਾ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਗੈਪ ਕਵਰ ਕਰਨ ਦਾ ਤਾਂ ਉੱਥੇ ਦੀਆਂ ਯੂਨੀਵਰਸਿਟੀਆਂ ਕਾਫੀ ਇਨਵੋਲਵ ਨੇ ਪਲੱਸ ਕੁਝ ਹਿਮਾਚਲ ਦੀਆਂ ਯੂਨੀਵਰਸਿਟੀਆਂ ਵੀ ਇਨਵੋਲਵ ਨੇ ਤਾਂ ਉਹਨਾਂ ਨੇ ਕਲੀਅਰਲੀ ਘਟ ਮਨਾ ਕਰਤਾ ਹੈ ਕਿ ਇਹ ਇਹ ਯੂਨੀਵਰਸਿਟੀ ਤੋਂ ਅਸੀਂ ਐਡਮਿਸ਼ਨ ਨਹੀਂ ਲਵਾਂਗੇ ਜਿਹੜੀ ਜੈਨੂਅਲ ਯੂਨੀਵਰਸਿਟੀਆਂ ਉਹਨਾਂ ਨੂੰ ਪਤਾ ਕਿ ਹਾਂ ਵੀ ਬੱਚਾ ਜੈਨੂਅਨਲੀ ਪੜਿਆ ਹੈ ਇਸ ਯੂਨੀਵਰਸਿਟੀ ਦਾ ਕੋਈ ਬੈਕ ਰਿਕਾਰਡ ਖਰਾਬ ਨਹੀਂ ਹੈ ਉਸ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਵੀ ਵੈਲਕਮ ਕਰਦੀ ਹੈ ਪਲੱਸ ਜਿਹੜਾ ਜੀਟੀ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲ ਜੀ ਸੋ ਪ੍ਰੈਜ਼ੈਂਟਲੀ ਪੂਰੇ ਪ੍ਰੋਸੈਸ ਨੂੰ ਇੱਕ ਤੱਕ ਕਿੰਨਾ ਕੁ ਟਾਈਮ ਲੱਗਦਾ ਹੈ ਤੇ ਕਿਹੜੇ ਕਿਹੜੇ ਇਨਟੇਕ ਪ੍ਰੈਜ਼ੈਂਟਲੀ ਅਵੇਲੇਬਲ ਨੇ ਦੇਖੋ ਜੇ ਪ੍ਰੋਸੈਸ ਨੂੰ ਮੈਂ ਟਾਈਮਿੰਗ ਦੀ ਗੱਲ ਕਰਾਂ ਤਾਂ ਦੇਖੋ ਹਰ ਇੱਕ ਯੂਨੀਵਰਸਿਟੀ ਦਾ ਇੱਕ ਆਪਣਾ ਸਿਨੈਰੀਓ ਹੈ ਹਰ ਇੱਕ ਯੂਨੀਵਰਸਿਟੀ ਦਾ ਇੱਕ ਸੀਓਈ ਇਸ਼ੂ ਕਰਨ ਦਾ ਆਪਣਾ ਸਿਨੈਰੀਓ ਹੈ ਜੀਟੀ ਕਲੀਅਰ ਕਰਨ ਦਾ ਆਪਣਾ ਸਿਨੈਰੀਓ ਹੈ ਦੇਖੋ 40 ਤੋਂ 45 ਦਿਨ ਆਪਾਂ ਲੈ ਕੇ ਚੱਲਦੇ ਹਾਂ ਕਿ ਜਦ ਪ੍ਰੋਸੈਸ ਬੱਚੇ ਦਾ ਸਟਾਰਟ ਹੁੰਦਾ ਹੈ ਬਟ ਹੁਣ ਸਾਡੇ ਕੋਲ ਕੁਝ ਇਦਾਂ ਦੇ ਪ੍ਰੋਗਰਾਮ ਆ ਚੁੱਕੇ ਨੇ ਜਿਦੇ ਵਿੱਚ ਬੱਚਾ ਯੂਨੀਵਰਸਿਟੀਆਂ ਹਾਇਰ ਐਜੂਕੇਸ਼ਨ ਲਈ ਜਾ ਰਿਹਾ ਹੈ ਦੇਖੋ ਦੋ ਤਰ੍ਹਾਂ ਦੀ ਐਜੂਕੇਸ਼ਨ ਹੁੰਦੀ ਹੈ ਇੱਕ ਵੋਕੇਸ਼ਨਲ ਕੋਰਸਸ ਹੁੰਦੇ ਐ ਇੱਕ ਹਾਇਰ ਐਜੂਕੇਸ਼ਨ ਹੁੰਦੀ ਹੈ ਹਾਇਰ ਐਜੂਕੇਸ਼ਨ ਯੂਨੀਵਰ ਕੋਰਸੇਸ ਹੋ ਗਈਆਂ ਮਾਸਟਰ ਕੋਰਸੇਸ ਹੋ ਗਈ ਤਾਂ ਹੁਣ ਇਹ ਯੂਨੀਵਰਸਿਟੀ ਦੇ ਉੱਪਰ ਵੈਰੀ ਕਰਦਾ ਹੈ ਕਿ ਕਿੰਨਾ ਜਲਦੀ ਯੂਨੀਵਰਸਿਟੀ ਬੱਚੇ ਦੇ ਜੀਟੀ ਕਲੀਅਰ ਕਰਦੀ ਹੈ ਕਿੰਨਾ ਜਲਦੀ ਬੱਚੇ ਦਾ ਫੰਡਸ ਜਿਹੜੇ ਆ ਉਹ ਹਰ ਚੀਜ਼ ਨੂੰ ਕਲੀਅਰ ਕਰਕੇ ਸ਼ੀਓ ਯੂ ਇਸੂ ਕਰਦੀ ਹੈ ਪਲੱਸ ਸਾਡੇ ਕੋਲ ਇੱਕ ਸਪੈਸ਼ਲ ਯੂਨੀਵਰਸਿਟੀ ਆਈ ਹੈ ਜਿਹਦੇ ਵਿੱਚ ਆਪਾਂ 2 ਦਿਨਾਂ ਦੇ ਵਿੱਚ ਆਫਰ ਲੈਟਰ ਦਵਾਂਗੇ 7 ਦਿਨਾਂ ਦੇ ਵਿੱਚ ਜੀਟੀ ਅਪਰੂਵਲ ਦਵਾਂਗੇ 45 ਦਿਨਾਂ ਦੇ ਵਿੱਚ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਦੋਵਾਂਗੇ ਪਰ ਸ਼ਰਤ ਇਹੀ ਹੈ ਕਿ ਤੁਸੀਂ 2022 ਔਰ 23 ਪਾਸ ਆਊਟ ਹੋਣੇ ਚਾਹੀਦੇ ਹੋ ਪਲੱਸ ਤੁਹਾਡਾ ਜਿਹੜਾ ਕਿ ਫੰਡਸ ਨੇ ਉਹ ਤੁਹਾਡੇ ਕੋਲ ਜੇ ਫਰੈਸ਼ ਵੀ ਹੈ ਤਾਂ ਵੀ ਉਹ ਤੁਸੀਂ ਅਸੈਪਟੇਬਲ ਹੈ ਤਾਂ ਕਾਫੀ ਅੱਛਾ ਪ੍ਰੋਗਰਾਮ ਔਰ ਕਾਫੀ ਵਧੀਆ ਯੂਨੀਵਰਸਿਟੀ ਹੈ ਜਿਹੜੇ ਬੱਚੇ ਨੂੰ ਪ੍ਰੋਬਲਮ ਆ ਰਹੀ ਹੈ ਜੀਟੀ ਦੇ ਵਿੱਚ ਕਲੀਅਰ ਨਹੀਂ ਹੋ ਰਹੀ ਯੂਨੀਵਰਸਿਟੀ ਟਾਈਮ ਲੈ ਰਹੀ ਹੈ ਉਹ ਬੱਚਾ ਇੱਕ ਵਾਰ ਸਾਡੀ ਟੀਮ ਨਾਲ ਗੱਲ ਕਰਕੇ ਇਸ ਪ੍ਰੋਗਰਾਮ ਦੇ ਰਹੀ ਆਪਣਾ ਵੀਜ਼ਾ ਪੜਾਈ ਕਰ ਸਕਦਾ ਜੀ ਸੋ ਕਰਨ ਜੀ ਨਾਮਾ ਜਿਹੜਾ ਤੁਸੀਂ ਕੋਰਸ ਦੱਸ ਰਹੇ ਹੋ ਇਹਦਾ ਕਿੰਨੀ ਕੁ ਡਿਊਰੇਸ਼ਨ ਹੈ ਕਿੰਨੀ ਕ ਇਹਦੀ ਫੀਸ ਸਟਰਕਚਰ ਹੈ ਦੇਖੋ ਦੀਪਕ ਜੀ ਇਹ ਕੋਰਸ ਸੇਮ ਬੈਚਲਰ ਕੋਰਸ ਹੋਏਗਾ ਜਿਹੜਾ ਬੱਚਾ ਪਲਸ 2 ਵਾਲਾ ਹੈ ਉਹ ਬੈਚਲਰ ਲਈ ਜਾਊਗਾ ਜੇ ਮੈਂ ਕੋਰਸ ਦੀ ਫੀਸ ਦੀ ਗੱਲ ਕਰਾਂ ਤਾਂ ਬਾਕੀ ਯੂਨੀਵਰਸਿਟੀਆਂ ਮੰਨ ਲਓ ਕਿ ਜੇ ਕਿਸੇ ਯੂਨੀਵਰਸਿਟੀ ਦੀ 24000 ਡਾਲਰ ਫੀਸ ਹੈ ਤਾਂ ਸਾਡਾ ਜਿਹੜਾ ਇਹ ਕੋਰਸ ਹੈ ਤੁਹਾਨੂੰ 2000 ਘੱਟ ਹੀ ਮਿਲੂਗਾ ਪਲੱਸ ਤੁਸੀਂ ਜੇ ਗੱਲ ਕਰੋ ਇਹਦੇ ਵਿੱਚ ਬੱਚਾ ਕਹਿੰਦਾ ਜੀ ਮੈਂ ਪਹਿਲਾਂ ਪੈਸੇ ਨਹੀਂ ਦੇਣਾ ਮੈਂ ਟਿਊਸ਼ਨ ਫੀਸ ਪਹਿਲਾਂ ਨਹੀਂ ਪੇ ਕਰਨੀ ਤਾਂ ਇਸ ਯੂਨੀਵਰਸਿਟੀ ਨੇ ਸਾਨੂੰ ਆਪਸ਼ਨ ਦਿੱਤੀ ਹੈ ਕਿ ਜਿਹਦੇ ਵਿੱਚ ਬੱਚਾ ਟਿਊਸ਼ਨ ਫੀਸ ਆਫਟਰ ਵੀਜ਼ਾ ਵੀ ਪੇ ਕਰ ਸਕਦਾ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਕਿਸੇ ਤਰ੍ਹਾਂ ਇਹ ਕੋਈ ਪੈਕੇਜ ਨਹੀਂ ਹੈ ਬਟ ਫੀਸ ਨੂੰ ਲੈ ਕੇ ਰੈਲੇਵੈਂਸ ਸਾਡੇ ਕੋਲ ਹੈ ਸੀਓਈ ਦੇ ਕੁਝ ਚਾਰजेस ਆਪਾਂ ਨੂੰ ਪੇ ਕਰਨੇ ਪੈਣਗੇ ਬਟ ਤੁਸੀਂ ਟਿਊਸ਼ਨ ਫੀਸ ਆਫਟਰ ਵੀਜ਼ਾ ਪੇ ਕਰ ਸਕਦੇ ਹੋ ਔਰ ਯੂਨੀਵਰਸਿਟੀ ਕੈਟਾਗਰੀ ਦੇ ਬੈਚਲਰ ਡਿਗਰੀ ਦੇ ਪ੍ਰੋਗਰਾਮ ਦੇ ਜਿਹੜੀ ਮੈਂ ਗੱਲ ਕਰ ਰਿਹਾ ਕਿਸੇ ਕੋਲੇਜ ਦਾ ਡਿਪਲੋਮੇ ਦੀ ਨਹੀਂ ਮੈਂ ਗੱਲ ਕਰ ਰਿਹਾ ਇਹ ਕਿਸੇ ਸਰਟੀਫਿਕੇਟ ਡਿਪਲੋਮੇ ਦੀ ਨਹੀਂ ਗੱਲ ਕਰ ਰਿਹਾ ਹਾਇਰ ਐਜੂਕੇਸ਼ਨ ਦੀ ਗੱਲ ਕਰ ਰਿਹਾ ਬਟ ਤੁਹਾਡੇ ਇਸ ਬੈਂਡ ਸਕੋਰ 6 ਈਚ ਹੋਣੇ ਚਾਹੀਦੇ ਆ ਇੱਕ ਮੋਡਿਊਲ ਚ 5.5 ਬੈਂਡ ਐਸੈਪਟੇਬਲ ਹੈ ਯਾ ਪੀਟੀ ਦੇ ਵਿੱਚੋਂ ਤੁਹਾਡੇ ਚੰਗੇ ਸਕੋਰ ਹੋਣਾ ਚਾਹੀਦੇ ਆ 56 ਤੋਂ ਘੱਟ ਨਹੀਂ ਹੋਣੇ ਚਾ 50 ਨੋਟ ਲੈਸ ਦੈਨ 42 ਹੋਣ ਤਾਂ ਵੀ ਐਕਸੈਪਟੇਬਲ ਹੈ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਆਸਟ੍ਰੇਲੀਆ ਨੂੰ ਲੈ ਕੇ ਲਗਾਤਾਰ ਅਪਡੇਟਸ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਕੋਈ ਵੀ ਸਵਾਲ ਹੈ ਤੁਸੀਂ ਵੀਜ਼ਾ ਹੈਲਪ ਦੀ ਟੀਮ ਨੂੰ ਕਾਲ ਕਰ ਸਕਦੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ ਥੈਂਕ ਯੂ ਜੀ